ਸੋ ਅਸੀਂ ਇਸ ਗਵਾਹੀ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ। ਇਹ ਸਿਸਟਰ ਜੋ ਤੁਹਾਡੇ ਸਾਹਮਣੇ ਖੜੇ ਨੇ, ਇਹਨਾਂ ਦਾ ਨਾਮ ਸਰਬਜੀਤ ਕੌਰ ਜੀ, ਇਹ ਪਿੰਡ ਬਟਾਰੀ ਦੇ ਰਹਿਣ ਵਾਲੇ ਨੇ ਔਰ ਅੱਜ ਇਸ ਗਵਾਹੀ ਦੇ ਨਾਲ ਖੜੇ ਨੇ ਕਿ ਇਹਨਾਂ ਦੇ ਬੇਟੇ ਦੇ ਦੋਸਤ ਉਹਨਾਂ ਦੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਹੋ ਗਿਆ ਜਿਹਦੇ ਵਿੱਚ ਗੋਲੀ ਚੱਲ ਗਈ ਔਰ ਇਹਨਾਂ ਦੇ ਬੇਟੇ ਦਾ ਦੋਸਤ ਉਹਨਾਂ ਦੇ ਗੋਲੀ ਲੱਗ ਗਈ। ਜਦੋਂ ਗੋਲੀ ਲੱਗ ਗਈ ਇਹਨਾਂ ਨੇ ਹੋਸਪਿਟਲ ਲੈ ਕੇ ਗਏ। ਕਿੱਥੇ ਲੈ ਕੇ ਗਈ ਸੀ ਹੋਸਪਿਟਲ? ਅਮਨਦੀਪ ਹੋਸਪਿਟਲ ਲੈ ਕੇ ਗਏ। ਸੋ ਉਹ ਜਗ੍ਹਾ ਤੇ ਜਦੋਂ ਪਹੁੰਚੇ ਤਾਂ ਡਾਕਟਰਾਂ ਨੇ ਜਵਾਬ ਦੇ ਦਿੱਤਾ। ਡਾਕਟਰਾਂ ਨੇ ਬੋਲਿਆ ਕਿ ਇਸ ਨੂੰ ਚੰਡੀਗੜ੍ਹ ਲੈ ਜਾਓ। ਜਦੋਂ ਇਹਨਾਂ ਨੂੰ ਇਹ ਚੀਜ਼ ਬੋਲੀ ਗਈ, ਇਹਨਾਂ ਨੂੰ ਹੋਰ ਕੁਛ ਵੀ ਇਹਨਾਂ ਨੂੰ ਸੁਝਿਆ ਨਹੀਂ ਔਰ ਇਹਨਾਂ ਨੇ ਜਲਦੀ ਦੇ ਨਾਲ ਪ੍ਰਭੂ ਦੇ ਦਾਸ ਦੇ ਨਾਲ ਗੱਲ ਹੋਈ। ਇਹਨਾਂ ਨੇ ਜਦੋਂ ਫੋਨ ਲਾਇਆ, ਫੋਨ ਤੇ ਪ੍ਰਭੂ ਦੇ ਦਾਸ ਕਿਤੇ ਜਾ ਰਹੇ ਸਨ। ਸੋ ਜਦੋਂ ਇਹਨਾਂ ਦੀ ਗੱਲ ਹੋਈ ਤਾਂ ਇਹਨਾਂ ਨੂੰ ਇਹੀ ਚੀਜ਼ ਬੋਲੀ ਗਈ ਕਿ ਵਿਸ਼ਵਾਸ ਕਰੋ, ਤੁਸੀਂ ਪਰਮੇਸ਼ਵਰ ਦੇ ਵਿੱਚ ਬਣੇ ਹੋ ਔਰ ਵਿਸ਼ਵਾਸ ਕਰੋ ਕਿ ਸੱਚਮੁੱਚ ਪਰਮੇਸ਼ਵਰ ਤੁਹਾਡੇ ਜੀਵਨ ਦੇ ਵਿੱਚੋਂ ਬਹੁਤਾ ਐਕਸੀਡੈਂਟ ਕੈਂਸਲ ਆ। ਜਦੋਂ ਇਹਨਾਂ ਪ੍ਰੋਫੈਸੀਆਂ ਨੂੰ ਰਿਸੀਵ ਕੀਤਾ, ਇਹਨਾਂ ਨੂੰ ਪ੍ਰਭੂ ਦੇ ਆਤਮਾ ਦੁਆਰਾ ਇਹ ਚੀਜ਼ ਬੋਲੀ ਗਈ ਕਿ ਤੁਹਾਡੇ ਬੇਟੇ ਨੂੰ ਡਾਕਟਰਾਂ ਜਵਾਬ ਦਿੱਤਾ, ਲੇਕਿਨ ਡਾਕਟਰ ਜੀਜਸ ਨੇ ਜਵਾਬ ਨਹੀਂ ਦਿੱਤਾ ਔਰ ਡਾਕਟਰ ਜੀਜਸ ਉਹਨੂੰ ਚੰਗਾ ਕਰ ਚੁੱਕੇ ਆ। ਜਦੋਂ ਇਹਨਾਂ ਨੇ ਇਸ ਚੀਜ਼ ਨੂੰ ਮਨ ਤੋਂ ਲਿਆ, ਸੋ ਇਹਨਾਂ ਨੂੰ ਜਦੋਂ ਬੋਲਿਆ ਗਿਆ ਤਾਂ ਉਹਨਾਂ ਦੇ ਡਾਕਟਰਾਂ ਦੇ ਮਨ ਬਦਲੇ। ਡਾਕਟਰਾਂ ਨੇ ਬੋਲਿਆ ਕਿ ਤੁਸੀਂ ਚੰਡੀਗੜ੍ਹ ਨਹੀਂ ਜਲੰਧਰ ਲੈ ਜਾਓ, ਵੇਖੋ ਪਰਮੇਸ਼ਵਰ ਦੀ ਯੋਜਨਾ। ਜਦੋਂ ਫੋਨ ਲਾਇਆ ਤੇ ਡਾਕਟਰ ਨੇ ਬੋਲਿਆ ਕਿ ਮੈਂ ਆ ਨਹੀਂ ਸਕਦਾ, ਮੈਨੂੰ ਆ ਕੇ ਲੈ ਜਾਓ। ਸੋ ਸੱਚਮੁੱਚ ਪਰਮੇਸ਼ਵਰ ਦੇ ਸਵਰਗੀ ਦੂਤਾਂ ਦੇ ਦੁਆਰਾ ਉਹ ਡਾਕਟਰ ਨੂੰ ਬੁਲਾਇਆ ਗਿਆ ਔਰ ਜਦੋਂ ਉਸ ਬੇਟੇ ਦੇ ਅੰਦਰੋਂ ਉਸ ਗੋਲੀ ਨੂੰ ਕੱਢਿਆ ਗਿਆ ਤਾਂ ਡਾਕਟਰ ਹੈਰਾਨ ਪਰੇਸ਼ਾਨ ਹੋ ਗਿਆ ਕਿ ਇੰਨਾ ਟਾਈਮ ਇਸ ਤਰ੍ਹਾਂ ਇਹ ਬੱਚਾ ਜੀਵਤ ਕਿਤਰਾਂ ਰਹਿ ਸਕਦਾ ਆ, ਇਹ ਬੱਚਾ ਬਚ ਕਿਤਰਾਂ ਗਿਆ। ਪਰ ਸੱਚਮੁੱਚ ਪ੍ਰਭੂ ਯਸ਼ੂ ਮਸੀਹ, ਜਿਹੜਾ ਡਾਕਟਰ ਜੀਜਸ ਆ, ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਇਹਨਾਂ ਵਿਸ਼ਵਾਸ ਕੀਤਾ। ਇਹਨਾਂ ਦਾ ਬੇਟਾ ਅੱਜ ਇਸ ਗਵਾਹੀ ਦੇ ਨਾਲ ਆਇਆ ਕਿ ਬੇਟਾ ਬਿਲਕੁਲ ਚੰਗਾ ਆ ਪ੍ਰਭੂ ਯਸ਼ੂ ਮਸੀਹ ਦੇ ਨਾਮ। ਸੱਚਮੁੱਚ ਪ੍ਰਭੂ ਯਸ਼ੂ ਮਸੀਹ ਜੀ ਦਾ, ਪ੍ਰਭੂ ਦੇ ਦਾਸ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜ਼ੋਰ ਦੇ ਨਾਲ ਮਹਿਮਾ, ਇਹ ਮਹਿਮਾ ਛੋਟੀ ਹੈ ਤੁਹਾਡੀ, ਮਨ ਤਾਂ ਮਹਿਮਾ ਉੱਚੀ ਤਾੜੀ ਦੇ ਨਾਲ ਮਹਿਮਾ ਬਹੁਤ ਵੱਡੀ ਗਈ ਹੈ। ਸਾਰੀ ਮਹਿਮਾ ਪ੍ਰਭੂ ਯਸ਼ੂ ਮਸੀਹ ਦੇ ਨਾਲ, ਪ੍ਰਭੂ ਸੰਭਾਲ ਕੇ ਰੱਖੇ। ਆਮੀਨ। ਅਗਲੀ ਗਵਾਹੀ। ਹਾਲੇਲੂਯਾ।